भी असी इस किरदार दे दिता धर्मी फौजी जिन्हां फौजियों ने अपना धर्म पछाण लिया जिन्हां नूं पता सी कि साडा मुढ़ला नाता गुरु ग्रंथ ते गुरु पंथ दे नाल आ इहनूं लै के जिहड़ा भी साडा कोई रिस्पोंस होवे सतसंग जी जिहड़ा भी तुसीं चुणोगे उहदे विच असी तुर सकदे हां। ਇਹ ਦਾਇਰਾ ਅਸੀਂ ਬਣਾ ਲਈਏ ਕਿ ਸਾਡਾ ਦਾਇਰਾ ਆਹ ਹੈ। ਜਿਹੜੀ ਮੀਡੀਆ ਦੀ ਗੱਲ ਆ, ਜਿਹੜੀਆਂ ਦੁਨਿਆਵੀ ਗੱਲਾਂ ਆ, ਜਿਹੜੀ ਗੋਰਿਆਂ ਦੀ ਗੱਲਾਂ, ਸਿਆਸਤ ਦੀਆਂ ਗੱਲਾਂ ਬਾਅਦ 'ਚ ਹੁੰਦੀਆਂ, ਉਹ ਇੱਕ ਲੋਬੀ ਐਫਰਟ ਆ, ਉਹ ਦੋ ਦਿਨਾਂ 'ਚ ਨਹੀਂ ਹੋਣਾ। ਮੀਡੀਆ ਦੇ ਨਾਲ ਦੋ ਦਿਨਾਂ 'ਚ ਨਹੀਂ ਹੁਣ ਗੱਲ ਬਣਨੀ। ਉਹ ਹੁਣ ਜ਼ੋਰ ਲਾ ਕੇ ਜਿੱਥੇ ਵੀ ਸਾਡਾ ਹੱਥ ਵੱਸਦਾ ਆ ਅਸੀਂ ਉੱਥੇ ਜਾ ਕੇ ਅਸੀਂ ਵੜ ਜਾਣਾ ਆ ਕਿ ਅਸੀਂ ਆਪਣੀ ਗੱਲ ਕਰੀਏ। ਜ਼ਰੂਰ ਇਹ ਕੰਮ ਹੋਊਗਾ। ਤੇ ਨੌਜਵਾਨਾਂ ਵੱਲੋਂ ਇਹ ਹੋ ਵੀ ਰਿਹਾ ਹੈ, ਪਰ ਜੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਲਗਾਤਾਰ ਇਸ ਦੇ ਵਿੱਚ ਅਸੀਂ ਲੱਗੀਏ, ਤੇ ਇਹਦੇ ਵਿੱਚ ਫਿਰ ਦੋ ਤਿੰਨ ਗੱਲਾਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਜਿਹੜੀਆਂ ਪ੍ਰੈਕਟੀਕਲ ਆ। ਇਹ ਤਾਂ ਸਿਰਫ ਮੇਰੇ ਵੱਲੋਂ ਭਾਵਕ ਹੋ ਕੇ ਮੈਂ ਇੱਥੋਂ ਗੱਲ ਫਰੇਮ ਕਰਨੀ ਸੀਗੀ ਕਿਉਂਕਿ ਮੈਂ ਕਿੱਥੋਂ ਗੱਲ ਕਰ ਰਿਹਾ ਹਾਂ। ਸ਼ੋਰਟ ਟਰਮ ਅਤੇ ਲੌਂਗ ਟਰਮ ਦੇ ਵਿੱਚ ਆਪਾਂ ਨੂੰ ਕਈ ਗੱਲਾਂ ਕਰਨ ਵਾਲੀਆਂ ਆ। ਸ਼ੋਰਟ ਟਰਮ ਦੇ ਵਿੱਚ ਤਾਂ ਇਹ ਗੱਲਾਂ ਆ ਕਿ ਅਸੀਂ ਆਪਣੇ ਜਿੰਨਾ ਵੀ ਮੀਡੀਆ ਦਾ ਪ੍ਰਚਾਰ ਆ, ਸੋਸ਼ਲ ਮੀਡੀਆ ਦਾ ਪ੍ਰਚਾਰ ਆ, ਜਿੰਨੇ ਵੀ ਮਜਾਦੇ ਨੇ, ਜਿੰਨੇ ਵੀ ਅਸੀਂ ਇਨਫੋਰਮੇਸ਼ਨ ਪੈਂਪਲੇਟਸ ਜੋ ਵੀ ਆ ਸਾਰਾ ਕੁਝ ਤਿਆਰ ਕਰ ਸਕਦੇ ਹਾਂ, ਉਹ ਆਉਣ ਵਾਲੇ ਹਫ਼ਤਿਆਂ ਦੇ ਵਿੱਚ, ਦਿਨਾਂ ਦੇ ਵਿੱਚ ਉਹ ਤਿਆਰ ਹੋ ਹੀ ਜਾਣੇ ਆ। ਉਹ ਸ਼ੋਰਟ ਟਰਮ ਦੇ ਵਿੱਚ ਇੱਕ ਬਹੁਤ ਵੱਡਾ ਕੰਮ ਆ। ਇਹ ਸਾਰਾ ਕੁਝ ਇੱਕ ਮੈਂਟਲੀ ਸਾਈਡ 'ਤੇ ਰੱਖ ਲਈਏ। ਸ਼ੋਰਟ ਟਰਮ ਦੇ ਵਿੱਚ ਵੀਰੋ ਭੈਣੋ, ਜਿਸ ਗੱਲ ਦੇ ਲਈ ਉਹ ਸਿੰਘਾਂ ਦੇ ਪਿੱਛੇ ਪੁਲਿਸ ਪਈ ਹੈ, ਜਿਸ ਗੱਲ ਦੇ ਲਈ ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਹੈ, ਜਿਸ ਗੱਲ ਦੇ ਲਈ ਉਹਨਾਂ ਨੂੰ ਅਸਾਮ ਭੇਜਿਆ ਗਿਆ ਹੈ, ਉਸ ਗੱਲ 'ਤੇ ਮੁੜ ਕੇ ਆਈਏ। ਜਿਨ੍ਹਾਂ ਵੀਰਾਂ ਭੈਣਾਂ ਨੇ ਕੇਸ ਨਹੀਂ ਰੱਖੇ, ਤੁਸੀਂ ਕੇਸ ਰੱਖਣ ਦਾ ਯਤਨ ਕਰੋ। ਜਿਨ੍ਹਾਂ ਨੇ ਪੰਜ ਬਾਣੀਆਂ ਦਾ ਨਿਤਨੇਮ ਨਹੀਂ ਪੜ੍ਹਦੇ, ਤੁਸੀਂ ਅਲੀਸ ਜਪਜੀ ਸਾਹਿਬ ਤੋਂ ਸ਼ੁਰੂ ਕਰ ਲਓ। ਜਿਨ੍ਹਾਂ ਨੇ ਕੇਸ ਵੀ ਰੱਖ ਲਿਆ ਅਤੇ ਬਾਣੀ ਵੀ ਪੜ੍ਹਨ ਲੱਗ ਪਏ ਆ, ਤੁਸੀਂ ਅੰਮ੍ਰਿਤ ਵੱਲ ਆਓ, ਇਸ ਪੰਥ ਪਰਿਵਾਰ ਦੇ ਵਿੱਚ ਸ਼ਾਮਿਲ ਹੋਵੋ ਅਤੇ ਅਸਲ ਰੂਪ ਦੇ ਵਿੱਚ ਫਿਰ ਸੰਘਰਸ਼ ਦੇ ਵਿੱਚ ਪੈਰ ਪਾ ਲਓ। ਜੇ ਪਿਆਰ ਆ ਉਸ ਵੀਰ ਦੇ ਨਾਲ, ਇਸ ਤੋਂ ਘੱਟ ਉਹਨੇ 8 ਮਹੀਨਿਆਂ ਦੇ ਵਿੱਚ ਜਦੋਂ ਪੰਜਾਬ ਮੁੜ ਕੇ ਆਇਆ ਕੋਈ ਗੱਲ ਨਹੀਂ ਕੀਤੀ। ਪਹਿਲਾ ਕਦਮ ਉਹਦਾ ਪੰਜਾਬ ਆਉਣ ਕੇ ਕੀ ਸੀਗਾ? ਅਨੰਦਪੁਰ ਸਾਹਿਬ ਜਾ ਕੇ ਅੰਮ੍ਰਿਤ ਛਕਣਾ, ਨਾਲ ਉਹਨਾਂ ਨੂੰ ਛਕਾਉਣਾ ਜਿਹੜੇ ਉਹਦੇ ਨਾਲ ਤੁਰੇ ਆ। ਮੁੜ ਮੁੜ ਕੇ ਇਹੀ ਗੱਲ ਪ੍ਰੇਰਨੀ ਕਿ ਅੰਮ੍ਰਿਤ ਛਕੋ, ਗੁਰੂ ਵੱਲ ਆਓ, ਇਹੀ ਗੱਲ ਸੰਤਾਂ ਦੀ ਸੀਗੀ। ਅਤੇ ਜੇ ਉਹਨਾਂ ਦੀ ਗੱਲ ਵੀ ਨਹੀਂ ਹੈਗੀ, ਇਹ ਤਾਂ ਗੁਰੂ ਸਾਹਿਬ ਦੀ ਗੱਲ ਆ। ਜਦੋਂ ਅਸੀਂ 84 ਦੀ ਵੀ ਗੱਲ ਕਰਨੀ ਆ, ਇਹ ਜਿਹੜੀ ਲੜਾਈ ਆ, ਇਹ 5 ਸਦੀਆਂ ਦੀ ਲੜਾਈ ਆ। ਇਹਦਾ ਰੂਪ ਬਦਲਦਾ ਗਿਆ, ਵੈਰੀ ਦਾ ਰੂਪ ਬਦਲਦਾ ਗਿਆ, ਮਕਸਦ ਉਹਨਾਂ ਸਾਰਿਆਂ ਦਾ ਇੱਕ ਸੀਗਾ, ਕਰ ਕਿਸੇ ਤੋਂ ਵੀ ਨਹੀਂ ਹੋਇਆ, ਨਾ ਕਿਸੇ ਤੋਂ ਹੋਣਾ, ਨਾ ਸਾਨੂੰ ਕਿਸੇ ਨੇ ਮਟਾਇਆ, ਨਾ ਕਿਸੇ ਨੇ ਮਟਾਇਆ ਹੁਣ ਆ, ਨਾ ਅੱਗੇ ਕਿਸੇ ਨੇ ਮਟਾਉਣਾ ਹੈ। ਇਹ ਪੰਥ ਜਿਹੜਾ ਆ ਕਲਗੀਆਂ ਵਾਲਿਆਂ ਦਾ, ਜਿੰਨਾ ਚਿਰ ਅਸੀਂ ਉਹ ਬਿਪਰਿੰਦੀ ਰੀਤ ਤੋਂ ਬਚੇ ਰਹੇ ਹਾਂ, ਉਹਨਾਂ ਚਿਰ ਸਭ ਕੁਛ ਜਿਹੜਾ ਆ ਸਾਡੇ ਲਈ ਸੁੱਖ ਸ਼ਾਂਤ ਆ। ਜਿਸ ਦਿਨ ਅਸੀਂ ਉਹ ਰੀਤ ਦੇ ਵਿੱਚ ਪੈ ਗਏ, ਤੇ ਸਭ ਕੁਛ ਉੱਥੇ ਹੀ ਨਾਸ਼ ਆ। ਤੇ ਫਿਰ ਗੱਲ ਸਿੱਖੀ ਤੇ ਹੀ ਮੁੜ ਕੇ ਆਉਣੀ ਆ, ਜਿਹੜੀ ਮੈਂ ਇੱਕ ਲੌਂਗ ਟਰਮ ਦੇ ਵਿੱਚ ਮੈਂ ਆਪਣੀ ਗੱਲ ਸਮਾਪਤ ਕਰ ਲਾਂ। ਹੋਰ ਵੀ ਬੁਲਾਰੇ ਨੇ, ਆਉਣ ਵਾਲੇ ਜਿਹੜੇ ਪ੍ਰੋਟੈਸਟ ਆ, ਜਿੱਥੇ ਵੀ ਮਜਾਰੇ, ਜਿੱਥੇ ਵੀ ਤੁਸੀਂ ਹੱਥ ਪਾ ਸਕਦੇ ਹਾਂ, ਜ਼ਰੂਰ ਤੁਸੀਂ ਸ਼ਾਮਿਲ ਹੋਵੋ। ਬੀਬੀਆਂ ਅਤੇ ਸਿੰਘਾਂ ਨੇ ਇਹ ਗੱਲ ਕੀਤੀ ਹੈ, ਸਾਡੀ ਜਿਹੜੀ ਇੱਕ ਤਰ੍ਹਾਂ ਦੀ ਸਲੂਸ਼ਨ ਇਹ ਆ ਕਿ ਅਸੀਂ ਇੱਕ ਦੂਜੇ ਨੂੰ ਮਿਲਦੇ ਨਹੀਂ, ਰੈਗੂਲਰਲੀ ਨਹੀਂ ਮਿਲਦੇ। ਇੱਦਾਂ ਦੇ ਜਿਹੜੇ ਸਮਾਗਮ ਆ ਉਦੋਂ ਹੀ ਹੁੰਦੇ ਆ ਜਦੋਂ ਸਾਨੂੰ ਪਤਾ ਹੈ ਕਿ ਇੱਕ ਰਿਐਕਸ਼ਨਰੀ ਸਿਸਟਮ ਚੱਲਦੇ ਆ, ਕੁਛ ਹੋ ਗਿਆ ਆ, ਅਸੀਂ ਇਕੱਠੇ ਹੋਣਾ ਹੈ। ਜਦੋਂ ਅਸੀਂ ਇਕੱਠੇ ਹੁੰਦੇ ਹਾਂ ਫਿਰ ਉੱਥੇ ਅਸੀਂ ਕਨਫਿਊਜ਼ ਹੁੰਦੇ ਹਾਂ ਸਾਰੇ ਜਾਣੇ, ਪਿੱਛੇ ਹੀ ਮੈਂ, ਕਿਉਂਕਿ ਸਾਨੂੰ ਇਹ ਨਹੀਂ ਪਤਾ ਕਿ ਅਸੀਂ ਇੱਧਰ ਨੂੰ ਜਾਈਏ, ਉੱਧਰ ਨੂੰ ਜਾਈਏ, CBC ਨੂੰ ਫੜੀਏ, ਗਲੋਬਲ ਨੂੰ ਫੜੀਏ, ਲਿਬਰਲ ਵਾਲੇ ਨੂੰ ਫੜੀਏ ਜਾਂ NDP ਵਾਲੇ ਨੂੰ ਫੜੀਏ, ਕਿਹੜਾ ਕੌਣ ਬੰਦੇ ਨੂੰ ਜਾਣਦਾ, ਤੂੰ ਕਿਹਨੂੰ ਜਾਣਦਾ, ਮੈਂ ਕਿਹਨੂੰ ਜਾਣਦਾ। ਇਹ ਸਾਰੀਆਂ ਗੱਲਾਂ ਇੱਕ ਸਾਡੀ ਕਨਫਿਊਜ਼ਨ ਵਿੱਚੋਂ ਆਉਂਦੀਆਂ। ਇੱਕ ਜਿਹੜਾ ਪ੍ਰੈਕਟੀਕਲ ਅਪਰੋਚ ਆ ਕਿ ਗੁਰਦੁਆਰਿਆਂ ਦੀਆਂ ਜਿਹੜੀਆਂ ਕਮੇਟੀਆਂ ਆ, ਜਥੇਬੰਦੀਆਂ ਆ, ਬਹੁਤ ਬੰਦਿਆਂ ਨੇ ਪਹਿਲਾਂ ਵੀ ਇਹੀ ਬੇਨਤੀਆਂ ਕੀਤੀਆਂ ਕਿ ਇੱਕ ਦੂਜੇ ਨੂੰ ਰੈਗੂਲਰਲੀ ਮਿਲਣ। ਅਤੇ ਦੂਜੇ ਪਾਸੇ ਇੱਕ ਹੋਰ ਉਹ ਤੋਂ ਵੱਡੀ ਗੱਲ ਆ ਕਿ ਜਿਹੜੇ ਨੌਜਵਾਨ ਆ ਉਹ ਜਥੇਬੰਦ ਹੋਣ। ਗੁਰਦੁਆਰਿਆਂ ਦੇ ਵਿੱਚ ਕੀ ਪ੍ਰੋਬਲਮ ਹੈ, ਮੈਂ ਆਪ ਗੁਰਦੁਆਰਿਆਂ ਦੇ ਵਿੱਚ ਸੇਵਾ ਕਰਦਾ, ਮੈਂ ਤੁਹਾਨੂੰ ਦੱਸ ਦਿੰਦਾ ਗੁਰਦੁਆਰਿਆਂ 'ਚ ਕਪੈਸਿਟੀ ਹੈ ਨਹੀਂ। ਗੁਰਦੁਆਰਿਆਂ ਦੇ ਵਿੱਚ ਇਹ ਲੜਾਈ ਲੜਨ ਲਈ ਜਿਹੜੀ ਅਸੀਂ ਇਸ ਦੇਸ਼ ਤੋਂ ਲੜਨੀ ਹੈ ਉਹਦੀ ਕਪੈਸਿਟੀ ਘੱਟ ਆ, ਮਤਲਬ ਕਿ ਮੀਡੀਆ ਅਤੇ ਪੋਲੀਟਿਕਸ। ਪਰ ਗੁਰਦੁਆਰਿਆਂ ਦੇ ਵਿੱਚ
ਜਿਹੜੇ ਪ੍ਰਬੰਧਕ ਨੇ ਤੇ ਜਵੀਰ ਜਿਹੜੇ ਭੈਣਾਂ ਜੁੜੀਆਂ ਨੇ ਉਹਨਾਂ ਦੇ ਵਿੱਚ ਇੱਕ ਖਾਸ ਗੱਲ ਆ, ਉਹ ਆਪਣੇ ਬੋਲ ਤੇ ਸਰੀਰ ਲਾਈਨ ਤੇ ਲਾਉਣ ਲਈ ਸਦਾ ਹੀ ਰੈਡੀ ਹੈ। ਜਿੰਨੇ ਵੀ ਮਜਾਰੇ ਹੁੰਦੇ ਆ, ਜੋ ਕੁਛ ਵੀ ਹੁੰਦਾ ਆ, ਕੁਛ ਗੁਰਦੁਆਰੇ ਸਾਹਿਬਾਨ ਜਿਹੜੇ ਆ ਉਹ ਤਿਆਰ ਕਰਦੇ, ਆਪਣੀ ਜਿੰਨੀ ਕਪੈਸਿਟੀ ਆ ਉਹਦੇ ਨਾਲ ਤਿਆਰ ਕਰਦੇ ਆ, ਉਹਦੇ ਨਾਲ ਹੀ ਕੋਈ ਨਾ ਕੋਈ ਜਿਹੜੀ ਆਵਾਜ਼ ਆ ਲਗਾਤਾਰ ਉਹ ਬੁਲੰਦ ਹੋ ਰਹੀ ਹੈ। ਇਹ ਵੀ ਸਾਨੂੰ ਮੰਨਣ ਯੋਗ ਗੱਲ ਆ। ਹੁਣ ਜੇ ਕੋਈ ਕਹੂਗਾ ਕਿ ਆਹ ਤੁਸੀਂ ਹੋਰ ਠੀਕ ਕਰ ਸਕਦੇ ਆ, ਆਹ ਗੱਲ ਨਹੀਂ ਹੋਈ, ਬਹੁਤ ਵਧੀਆ ਗੱਲ ਆ, ਵਿੱਚ ਆਓ ਸ਼ਾਮ।